ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪਹਿਲਾ ਪੇਸ਼ ਨੇ ਝੋਣ ਵਿਖ ਖਬਰਾਂ ਰਾਸ਼ਟਰਪਤੀ ਰਾਮਨਾਥ ਕੋਪਿੰਦ ਨੇ ਪੈਡ ਸਖਸ਼ੇਤਾ ਨੂੰ ਪਦਮ ਪੁਰਸਕਾਰ ਨਾਲ ਨਵਾਜਿਆ ਅੰਮ੍ਰਿਤਸਰ ਦੇ ਡਾਕਟਰ ਪ੍ਰੋਫੈਸਰ ਹਰ ਮੋਹਿੰਦਰ ਸਿੰਘ 베ਦੀ ਪਦਮ ਸ਼੍ਰੀ ਨਾਲ ਸਨਮਾਨਿਤ ਸਾਲਾਨਾ ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੇ ਟੈਕਸ ਡਿਪਾਰਟਮੈਂਟ ਬੱਸ ਆਪਰੇਟਰਾਂ ਨੂੰ ਆਪਣਾ ਟੈਕਸ ਛੇਤੀ ਜਮ੍ਹਾਂ ਕਰਾਉਣ ਦੀ ਕੀਤੀ ਹਦਾਇਤ। ਪੰਜਾਬ ਦੇ ਸਾਰੇ ਪਿੰਡਾਂ ਵਿੱਚ 26 ਜੂਨ ਨੂੰ ਕਰਵਾਏ ਜਾਣਗੇ ਗ੍ਰਾਮ ਸਭਾ ਦੇ ਇਜਲਾਸ। ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਪਵਨਵੇ ਚਾਜੇ ਸ਼ਾਮ ਹੋਏ ਇੱਕ ਸਮਾਗਮ ਦੌਰਾਨ ਸਾਲ 2022 ਲਈ ਪਦਮ ਪੁਰਸਕਾਰ ਪ੍ਰਦਾਨ ਕੀਤੇ ਰਾਸ਼ਟਰਪਤੀ ਨੇ 65 ਸਖਸ਼ੇਤਾ ਨੂੰ ਤਿੰਨ ਵਰਗਾਂ ਵਿੱਚ ਪਦਮ ਵਿਪੂਸ਼ਣ ਪਦਮ ਪੂਸ਼ਣ ਅਤੇ ਪਦਮ ਸ਼੍ਰੀ ਨਾਲ ਨਵਾਜਿਆ ਪਦਮ ਵਿਪੋਸ਼ਨ ਪਾਉਣ ਵਾਲਿਆਂ ਵਿੱਚ ਸ਼ਾਸਤਰੀ ਗਾਇਕਾ ਡਾਕਟਰ ਪ੍ਰਵਾ ਅਤਰੇ ਅਤੇ ਸਿਆਸੀ ਆਗੂ ਕਲਿਆਣ ਸਿੰਘ ਸ਼ਾਮਲ ਨੇ ਕਲਿਆਣ ਸਿੰਘ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਗਿਆ ਇਸ ਤੋਂ ਇਲਾਵਾ ਪਦਮ ਪੂਸ਼ਣ ਪਾਉਣ ਵਾਲਿਆਂ ਵਿੱਚ ਡਾਕਟਰ ਵਿਕਟਰ ਬੈਨਰਜੀ ਲੇਖਕ ਡਾਕਟਰ ਪ੍ਰਤੀਬਾ ਰੇ ਅਤੇ ਅਚਾਰਿਆ ਵਿਸ਼ੇਸ਼ਟ ਤ੍ਰਿਪਾਠੀ ਸ਼ਾਮਲ ਨੇ ਪੰਜਾਬ ਤੋਂ ਅੰਮ੍ਰਿਤਸਰ ਦੇ ਡਾਕਟਰ ਪ੍ਰੋਫੈਸਰ ਹਰ ਮੋਹਿੰਦਰ ਸਿੰਘ 베ਦੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਵਾਜਿਆ ਗਿਆ ਹੈ ਉਹਨਾਂ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਗਏ ਵੱਡਮੋਲੇ ਯੋਗਦਾਨ ਲਈ ਪਦਮਸ਼੍ਰੀ ਦਿੱਤਾ ਗਿਆ ਹੈ श्री प्रमोद भगत खेल बैडमिंटन ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿੱਚ ਪ੍ਰੀਖਿਆ ਬਾਰੇ ਚਰਚਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਇਹਨਾਂ ਨਾਲ ਤਣਾਅ ਮੁਕਤ ਪ੍ਰੀਖਿਆਵਾਂ ਬਾਰੇ ਚਰਚਾ ਕਰਨਗੇ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਵਿਦਿਆਰਥੀਆਂ ਮਾਪਿਆਂ ਅਤੇ ਟੀਚਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਪ੍ਰੀਖਿਆ ਬਾਰੇ ਚਰਚਾ ਆਪਸੀ ਗੱਲਬਾਤ ਦਾ ਪ੍ਰੋਗਰਾਮ ਹੈ ਜਿਸ ਵਿੱਚ ਦੇਸ਼ ਤੇ ਵਿਦੇਸ਼ ਦੇ ਵਿਦਿਆਰਥੀ ਮਾਪੇ ਤੇ ਟੀਚਰ ਪ੍ਰਧਾਨ ਮੰਤਰੀ ਨਾਲ ਪ੍ਰੀਖਿਆ ਦੇ ਤਣਾਅ ਤੋਂ ਉਭਰਨ ਅਤੇ ਜੀਵਨ ਨੂੰ ਇੱਕ ਉਤਸਵ ਵਜੋਂ ਮਨਾਉਣ ਬਾਰੇ ਗੱਲ ਇਸ ਪ੍ਰੋਗਰਾਮ ਲਈ 9 ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਮਾਪਿਆਂ ਅਤੇ ਟੀਚਰਾਂ ਦੀ ਚੋਣ ਆਨਲਾਈਨ ਮੁਕਾਬਲੇ ਰਾਹੀਂ ਕੀਤੀ ਜਾਂਦੀ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਦੁਬਈ ਵਿੱਚ ਦੁਬਈ ਸੈਰ ਸਪਾਟਾ ਤੇ ਵਣਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਸਾਮ ਕਾਜਿਮ ਨਾਲ ਇੱਕ ਮੀਟਿੰਗ ਕੀਤੀ। ਇਸ ਵਿੱਚ ਸੈਰ ਸਪਾਟਾ ਤੇ ਮੀਡੀਆ ਦੇ ਮਨੋਰੰਜਨ ਖੇਤਰਾਂ ਬਾਰੇ ਚਰਚਾ ਕੀਤੀ ਗਈ। ਅਨੁਰਾਗ ਸਿੰਘ ਠਾਕੁਰ ਨੇ ਕੱਲ ਦੁਬਈ ਐਕਸਪੋ ਦੌਰਾਨ ਅਮੀਰਾਤ ਵਿੱਚ ਨੌਕਰੀ ਤੇ ਹੁਨਰ ਲਈ ਟ੍ਰੇਨਿੰਗ ਤੇਜਸ ਪ੍ਰੋਜੈਕਟ ਦਾ ਸ਼ੁਭਾਰੰਭ ਕੀਤਾ ਸੀ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮੰਤਵ ਭਾਰਤੀਆਂ ਨੂੰ ਹੁਨਰ ਪ੍ਰਦਾਨ ਕਰਨਾ, ਸਰਟੀਫਿਕੇਸ਼ਨ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਹੈ। ਅਨਰਾਗ ਸਿੰਘ ਠਾਕੁਰ ਨੇ ਸੰਯੁਕਤ ਅਰਬ ਅਮੀਰਾਤ ਦੇ ਕੋ ਮੰਤਰੀ ਸਹਿਯੋਗ ਰਾਜ ਮੰਤਰੀ ਰੀਮ ਅਲ ਹਾਸ਼ਮੀ ਨਾਲ ਵੀ ਚਰਚਾ ਕੀਤੀ ਉਹਨਾਂ ਫਿਲਮ ਅਤੇ ਮਨੋਰੰਜਨ ਉਦਯੋਗ ਦੇ ਮੁਖੀਆਂ ਨਾਲ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਪੂੰਜੀਕਾਰੀ ਦੇ ਮੌਕਿਆਂ ਬਾਰੇ ਗਲਪਾਤ ਕੀਤੀ। ਸਲਾਨਾ ਅਮਰਨਾਥ ਯਾਤਰਾ ਸਾਰੇ ਕੋਵਿਡ ਮਾਣਕਾਂ ਨਾਲ ਇਸ ਸਾਲ 3 ਜੂਨ ਤੋਂ ਸ਼ੁਰੂ ਹੋਵੇਗੀ। ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਦੇ ਪ੍ਰਧਾਨ ਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿੰਘਾ ਨੇ ਦੱਸਿਆ ਕਿ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ 11 ਅਪ੍ਰੈਲ ਨੂੰ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 43 ਦਿਨ ਚੱਲਣ ਵਾਲੀ ਇਹ ਯਾਤਰਾ 11 ਅਗਸਤ ਨੂੰ ਖਤਮ ਹੋਵੇਗੀ। ਇਹ ਯਾਤਰਾ ਦੋ ਰਸਤਿਆਂ ਪਹਿਲ ਗਾਂ ਮੱਤੇ ਬਾਲਟਾਲ ਤੋਂ ਇਕੱਠੇ ਸ਼ੁਰੂ ਕੀਤੀ ਜਾਵੇਗੀ ਹੈਲੀਕਾਪਟਰ ਰਾਹੀਂ ਜਾਣ ਵਾਲੇ ਸ਼ਰਤਾਲਾਂ ਤੋਂ ਇਲਾਵਾ ਰੋਜ਼ਾਨਾ ਸਿਰਫ 10000 ਸ਼ਰਤਾਲਾਂ ਨੂੰ ਜਾਣ ਦੀ ਇਜਾਜ਼ਤ ਮਿਲੇਗੀ ਸਰਕਾਰ ਵੱਲੋਂ ਸ਼ਰਤਾਲਾਂ ਦੀ ਆਵਾਜਾਈ ਤੇ ਨਜ਼ਰ ਰੱਖਣ ਲਈ ਆਰ ਐਫ ਆਈ ਡੀ ਸਿਸਟਮ ਸ਼ੁਰੂ ਕੀਤਾ ਜਾਵੇਗਾ ਪਾਰ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਦੀਆਂ ਸਕੀਮਾਂ ਲਈ ਰਾਸ਼ਟਰੀ ਸਫਾਈ ਕਰਮਚਾਰੀ ਵਿਤ ਅਤੇ ਵਿਕਾਸ ਨਿਗਮ ਨੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵਿਖੇ ਕਰਜ਼ਾ ਮੇਲਾ ਤੇ ਜਾਗਰੂਕਤਾ ਕੈਂਪ ਲਗਾਇਆ ਸਮਾਜਿਕ ਨਿਆਂ ਤੇ ਅਧਿਕਾਰਤਾ ਬਾਰੇ ਕੇਂਦਰੀ ਮੰਤਰੀ ਡਾਕਟਰ ਵਿਰੇਂਦਰ ਕੁਮਾਰ ਇਸ ਜਾਗਰੂਕਤਾ ਕੈਂਪ ਵਿੱਚ ਆਨਲਾਈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਨੇ ਵੀਡੀਓ ਕਾਨਫਰੰਸ ਰਾਹੀਂ ਲਾਪਤਰੀਆਂ ਦਾ ਮਾਰਗਦਰਸ਼ਨ ਕੀਤਾ ਤੇ ਮੰਤ్రਾਲਾ ਦੇਨ ਕਾਰਪੋਰੇਸ਼ਨ ਅਧੀਨ ਸਕੀਮਾ ਤਹਿਤ 174 ਲਾਪਤਰੀਆਂ ਨੂੰ 1 ਕਰੋੜ 87 ਲੱਖ ਰੁਪਏ ਦੇ ਕਰਜ਼ਾ ਮਨਜ਼ੂਰੀ ਪੱਤਰ ਵੰਡੇ ਇਸ ਪ੍ਰੋਗਰਾਮ ਵਿੱਚ ਹਰਿਆਣਾ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਰਾਜਪਦਰੀ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸੁਵਿਧੇ ਦੇ ਟੈਕਸ ਡਿਫਾਲਟਰ বাস ਆਪਰੇਟਰਾਂ ਨੂੰ ਆਪਣਾ ਟੈਕਸ ਛੇਤੀ ਤੋਂ ਛੇਤੀ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਹੈ ਚੰਡੀਗੜ੍ਹ ਵਿੱਚ ਅੱਜ ਇੱਕ ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਵੀਂ বাস ਸਮਸਾਰਣੀ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਪਰਮਿਟ ਵੀ ਰੱਦ ਕਰ ਦਿੱਤਾ ਜਾਵੇਗਾ ਉਹਨਾਂ ਅਧਿਕਾਰੀਆਂ ਨੂੰ ਵਿਭਾਗ ਦੇ ਆਮਦਨ ਵਧਾਉਣ ਵੱਲ ਖਾਸ ਧਿਆਨ ਦੇਣ ਲਈ ਆਖਿਆ ਤਾਂ ਜੋ ਆ ਪੀ ਆਰਟੀਸੀ ਪੰਜਾਬ ਰੋਡਵੇਜ ਅਤੇ ਪੰਪਾਸ ਨੂੰ ਮੂੜ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ ਲਾਲਜੀਤ ਸਿੰਘ ਪੂਲਰ ਨੇ ਟ੍ਰਾਂਸਪੋਰਟ ਮੈਕ ਦੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਨੂੰ ਸਮਾਪਤ ਤਰੀਕੇ ਨਾਲ ਸੇਵਾਵਾਂ ਦੇਣ ਦੇ ਮੰਤਭ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਦਫ਼ਤਰਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਵਾਸਤੇ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਸ਼ੁਰੂ ਕਰਨ ਲਈ ਆਖਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਦੇ ਚੇਅਰਮੈਨ ਸੇਵਾਮੁਕਤ ਜਸਪੀਰ ਸਿੰਘ ਦੀ ਅਗਵਾਈ ਵਿੱਚ ਕਮੇਟੀ ਮੈਂਬਰਾਂ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਠੋਸ ਰੈਨਦਖੁੰਦ ਪ੍ਰਬੰਧਨ ਪ੍ਰੋਜੈਕਟਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਵਾਤਾਵਰਣ ਸੁਰੱਖਿਆ ਨਾਲ ਜੁੜੇ ਹੋਰ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਲਈ ਯਕੀਨੀ ਕਰਨ ਲਈ ਆਖਿਆ ਹੈ ਜਸਟਿਸ ਜਸਪੀਰ ਸਿੰਘ ਨੇ ਕਿਹਾ ਕਿ ਅਧਿਕਾਰੀ ਜ਼ਿਲ੍ਹਾ ਪਲਾਨ ਵਾਕਵਾਕ ਪ੍ਰੋਜੈਕਟਾਂ ਨੂੰ ਲਾਗੂ ਕਰਨ ਬਾਰੇ ਡੀਪੀਆਰ ਬਣਾਉਣ ਲਾਗੂ ਹੋਣ ਦੀ ਨੀਤੀ ਅਤੇ ਮੁਕੰਮਲ ਹੋਣ ਸੰਬੰਧਿਤ ਪ੍ਰੋਜੈਕਟਾਂ ਦੇ ਹਰ ਹਿੱਸੇ ਦੀ ਸਮਾਂ ਸੀਮਾ ਤੈਅ ਕਰਨ ਉਹਨਾਂ ਨੇ ਕਿਹਾ ਕਿ ਕਮੇਟੀ ਮੈਂਬਰ ਵਕ ਵਕ ਸਾਈਟਾਂ ਦਾ ਦੌਰਾ ਕਰਕੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਜਾਂਚ ਵੀ ਕਰਨ ਉਹਨਾਂ ਅਧਿਕਾਰੀਆਂ ਨੂੰ ਈ ਕੂੜਾ ਇਕੱਠਾ ਕਰਨ ਵਾਲੇ ਕੇਂਦਰਾ ਦੇ ਨਿਸ਼ਾਨਦੇਹੀ ਕਰਨ ਦੀ ਸਲਾਹ ਦਿੱਤੀ ਤਾਂ ਜੋ ਲੋਕ ਉੱਥੇ ਈ ਕੂੜਾ ਡੰਪ ਕਰ ਸਕਣ ਇਸ ਮੌਕੇ ਕਮੇਟੀ ਦੇ ਮੈਂਬਰ ਸਾਫਾ ਮੁਖ ਸਕੱਤਰ ਐਸ ਸੀ ਅਗਰਪਾਲ ਸੰਤ ਬਾਬਾ ਸੀਚੇਵਾਲ ਤੇ ਬਾਬੂ ਰਾਮ ਵੀ ਹਾਜ਼ਰ ਸਨ ਅਤੇ ਕਾਮਰੇਤ ਮਹੌਸਬ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮਨਨੇ ਪਰਮਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀਆ ਸੁੰਦਰ ਸ਼ਸਤਰੀ ਸਤਿਆਮੂਰਤੀ ਅਬਦੁੱਲ ਬਾਰੀ ਅਤੇ ਚੌਧਰੀ ਬੰਸੀ لال ਬਾਰੇ ਜਾਣਕਾਰੀ ਦੇ ਰਹੀ ਹਾਂ ਅੱਜ ਅਸੀਂ ਸੁਤੰਤਰਤਾ ਸਨਾਨੀ ਸੁੰਦਰ ਸ਼ਾਸਤਰੀ ਸਤਿਆਮੂਰਤੀ ਨੂੰ ਯਾਦ ਕਰ ਰਿਹਾ ਜਿਨ੍ਹਾਂ ਦਾ ਦੇਹਾਂਤ 28 ਮਾਰਚ 1943 ਨੂੰ ਹੋਇਆ ਸੀ ਮਦਰਾਸ ਪ੍ਰੈਜ਼ੀਡੈਂਸੀ ਦੇ ਇੱਕ ਅਗਾਂਵਧੂ ਕਾਰਜਕਰਤਾ ਸਤਿਆਮੂਰਤੀ ਮਦਰਾਸ ਸੂਬੇ ਦੇ ਮੁੱਖ ਮੰਤਰੀ ਅਤੇ ਭਾਰਤ ਰਤਨ ਕੇ ਕਾਮਰਾਜ ਨੂੰ ਗੜਨੇ ਵਾਲੇ ਮੰਨਿਆ ਜਾਂਦਾ ਹੈ ਸਤਿਆਮੂਰਤੀ ਦਾ ਜਨਮ 19 ਅਗਸਤ 1887 ਨੂੰ ਤਾਮਿਲਨਾਡੂ ਦੇ ਪੁੱਦਕ ਕਟੋਈ ਵਿੱਚ ਹੋਇਆ ਸੀ पेशे ਤੋਂ ਵਕੀਲ ਸਤਿਆਮూర్ਤੀ ਬਹੁਤ ਛੋਟੀ ਉਮਰ ਵਿੱਚ ਹੀ ਰਾਸ਼ਟਰੀ ਅੰਦੋਲਨ ਤੋਂ ਉੱਪਰ ਬਾਵਤ ਹੋ ਗਏ ਸਨ ਬਾਅਦ ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ 1919 ਵਿੱਚ ਕਾਂਗਰਸ ਨੇ ਉਹਨਾਂ ਨੂੰ ਬ੍ਰਿਟੇਨ ਵਿੱਚ ਰੌਲਟ ਐਕਟ ਅਤੇ ਮੌਂਟੇਗੂ ਚੈਂਸਫੋਰਡ ਸੁਧਾਰਾਂ ਦਾ ਵਿਰੋਧ ਕਰਨ ਲਈ ਆਪਣਾ ਪ੍ਰਤੀਨਿਧ ਚੁਣਿਆ ਸਤਿਆਮూర్ਤੀ ਸੀ ਆਰ ਦਾਸ ਅਤੇ ਮੋਤੀ ਲਾਲ 네ਹਰੂ ਵਰਗੇ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਸਵਰਾਜ ਪਾਰਟੀ ਵਿੱਚ ਸ਼ਾਮਲ ਹੋ ਗਏ। 1930 ਵਿੱਚ ਉਨ੍ਹਾਂ ਨੂੰ ਮਦਰਾਸ ਵਿੱਚ ਇੱਕ ਮੰਦਰ ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਲਈ ਗ੍ਰਿਫਤਾਰ ਕਰ ਲਿਆ ਗਿਆ। ਸਤਿਆਮੂਰਤੀ ਨੇ 1937 ਵਿੱਚ ਮਦਰਾਸ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 1939 ਵਿੱਚ ਉਹ ਮਦਰਾਸ ਦੇ ਮੇਅਰ ਬਣਾਈ ਗਏ। ਮੇਅਰ ਦੇ ਰੂਪ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੇ ਸ਼ਹਿਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਬੂੰਦੀ ਜਲਗਾਹ ਦਾ ਨਿਰਮਾਣ ਕਰਾਇਆ ਵੱਖ-ਵੱਖ ਸਮਾਜ ਸੇਵੀ ਸੰਗਠਨਾ ਦੇ ਸੇਵਕਾਂ ਦੀ ਮਦਦ ਨਾਲ ਸ਼ਹਿਰ ਲਈ ਸੁੰਦਰੀਕਰਨ ਯੋਜਨਾ ਲਾਗੂ ਕਰਨ ਵਾਲੇ ਉਹ ਪਹਿਲੇ ਵਿਅਕਤੀ ਸਨ 1942 ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਨਾਗਪੁਰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਦਾ ਕਠੋਰ ਜੀਵਨ ਉਨ੍ਹਾਂ ਦੀ ਸਿਹਤ ਤੇ ਭਾਰੀ ਪਿਆ ਅਤੇ 28 ਮਾਰਚ 1943 ਨੂੰ ਉਹਨਾਂ ਦਾ ਅਧਿਆਤ ਹੋ ਗਿਆ। ਸਤਿਆਮੂਰਤੀ ਇੱਕ ਜਨਨੇਤਾ ਸਨ ਜੋ ਹਮੇਸ਼ਾ ਉਹਨਾਂ ਦੇ ਹਿੱਤ ਲਈ ਕੰਮ ਕਰਦੇ ਰਹੇ। ਇਸ ਮਹਾਨ ਸੁਤੰਤਰਤਾ ਸੰਾਨੀ ਸਤਿਆਮੂਰਤੀ ਨੂੰ ਸਾਡਾ ਭਾਵਪਿਨਾ ਨਮਨ। ਅੱਜ ਅਸੀਂ ਸੁਤੰਤਰਤਾ ਅਬਦੁਲ ਬਾਰੀ ਨੂੰ ਵੀ ਯਾਦ ਕਰ ਰਹੇ ਹਾਂ। ਅਬਦੁਲ ਬਾਰੀ ਦਾ ਜਨਮ 1892 ਵਿੱਚ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਪੇਸ਼ੇ ਤੋਂ ਇੱਕ ਲੈਕਚਰਾਰ ਸਨ ਰਜੇਂਦਰ ਪ੍ਰਸਾਦ ਅਤੇ ਐਨ ਸੇਨਾ ਵਰਗੇ ਸੁਤੰਤਰਤਾ ਸਨਾਨੀਆਂ ਦੀ ਅਗਵਾਈ ਵਿੱਚ ਉਹਨਾਂ ਨੇ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਅਸਹਿਯੋਗ ਅੰਦੋਲਨ ਅਤੇ ਬਸਤੀਵਾਦੀ ਸਰਕਾਰ ਦੇ ਖਿਲਾਫ ਬਾਦ ਦੇ ਵਿਰੋਧਾਂ ਵਿੱਚ ਸਰਗਰਮ ਭੂਮਿਕਾ ਨਿਭਾਈ 1937 ਵਿੱਚ ਅਬਦੁੱਲਾ ਬਾਰੀ ਪ੍ਰਾਂਤ ਨੂੰ ਪਹਿਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬਿਹਾਰ ਵਿਧਾਨ ਸਭਾ ਦੇ ਉਪ ਪ੍ਰਧਾਨ ਬਣਾਏ ਗਏ ਸ਼੍ਰਮਿਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਕਾਰਜ ਸਥਿਤੀਆਂ ਵਿੱਚ ਸੁਧਾਰ ਲਈ ਸੁਝਾਅ ਦੇਣ ਲਈ ਡਾਕਟਰ ਰਾਜੇਂਦਰ ਪ੍ਰਸਾਦ ਦੀ ਪ੍ਰਧਾਨਗੀ ਵਿੱਚ ਗਠਿਤ ਬਿਹਾਰ ਸ਼੍ਰਮ ਜਾਂਚ ਕਮੇਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਖੇਤਰ ਦੇ ਸ਼੍ਰਮ ਆંદੋਲਨਾਂ ਵਿੱਚ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸ਼੍ਰਮਿਕਾਂ ਨੂੰ ਆਪਣੇ ਸ਼ੋਸ਼ਣ ਕਰਨ ਵਾਲਿਆਂ ਖਿਲਾਫ ਸੰਘਰਸ਼ ਕਰਨ ਲਈ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਛੱਡੋ ਅੰਦੋਲਨ ਦੇ ਖਿਲਾਫ ਅਬਦੁਲ ਬਾਰੀ ਰਾਜਨੀਤੀ ਦੀ ਮੁਖਤਾਰਾ ਵਿੱਚ ਆ ਗਏ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਹਜ਼ਾਰੀ ਬਾਗ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉਥੋਂ ਰਿਹਾ ਹੋਣ ਤੋਂ ਬਾਅਦ ਉਨ੍ਹਾਂ ਨੇ ਸ਼੍ਰਮਿਕ ਸੰਘਰਸ਼ ਦੀਆਂ ਆਪਣੀਆਂ ਗਤੀਵਿਧੀਆਂ ਮੋੜ ਤੋਂ ਸ਼ੁਰੂ ਕਰ ਦਿੱਤੀਆਂ। ਵਿਹਾਰ ਸੁਤੰਤਰਤਾ ਸੰਘਰਸ਼ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ, ਉਨ੍ਹਾਂ ਦੀ ਸੰਗਠਨਾਤਮਕ ਸਮਰੱਥਾ ਅਤੇ ਰਾਜਨੀਤਿਕ ਦਿੜ੍ਹਤਾ ਕਾਰਨ ਉਨ੍ਹਾਂ ਨੂੰ ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਉਮਰ ਪਰ ਉਹ ਇਸ ਅਹੁਦੇ ਤੇ ਬਣੇ ਰਹੇ 1947 ਵਿੱਚ ਜਦ ਸੰਪਰਦਾਇਕ ਦੰਗਿਆਂ ਨੇ ਬਿਹਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਤਾਂ ਉਹਨਾਂ ਨੇ ਇਹਨਾਂ ਨੂੰ ਰੋਕਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ 28 ਮਾਰਚ 1947 ਨੂੰ ਜਦ ਉਹ ਗਾਂਧੀ ਜੀ ਨਾਲ ਮਿਲਨ ਪਟਨਾ ਆ ਰਹੇ ਸਨ ਤਾਂ ਪਟਨਾ ਫਤੂਹਾ ਰੋਡ ਤੇ ਅਣਪਛਾਤੇ ਉਗਰਵਾਦੀਆਂ ਨੇ ਕਿਨੌਣੇ ਤਰੀਕੇ ਨਾਲ ਉਹਨਾਂ ਦੀ ਹੱਤਿਆ ਕਰ ਦਿੱਤੀ ਗਾਂਧੀ ਜੀ ਉਹਨਾਂ ਦੇ ਆਸ਼ਰਿਤਾਂ ਨੂੰ ਹਮਦਰਦੀ ਦੇਣ ਲਈ ਉਹਨਾਂ ਦੇ ਘਰ ਗਏ ਅਤੇ ਰਾਸ਼ਟਰ ਦੇ ਪ੍ਰਤੀ ਅਬਦੁੱਲ ਬਾਰੀਦੀ ਨਿਸ਼ਕਾਮ ਸੇਵਾਵਾਂ ਲਈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਹਾਨ ਸ਼ਖਸੀਅਤ ਨੂੰ ਨਮਨ। ਅੱਜ ਅਸੀਂ ਸੁਤੰਤਰਤਾ ਸੈਨਾਨੀ ਚੌਧਰੀ ਬੰਸੀ ਲਾਲ ਨੂੰ ਵੀ ਯਾਦ ਕਰ ਰਹੇ ਹਾਂ। ਜਿਨ੍ਹਾਂ ਦੀ ਮੌਤ 2006 ਵਿੱਚ 28 ਮਾਰਚ ਨੂੰ ਹੋਈ ਸੀ। ਬੰਸੀ ਲਾਲ ਦਾ ਜਨਮ 26 ਅਗਸਤ 1927 ਨੂੰ ਹਰਿਆਣਾ ਦੇ ਪਿਵਾਨੀ ਜ਼ਿਲ੍ਹੇ ਵਿੱਚ ਹੋਇਆ ਸੀ। ਸੁਤੰਤਰਤਾ ਅੰਦੋਲਨ ਦੌਰਾਨ 1943 ਤੋਂ 1944 ਤੱਕ ਉਹ ਲੋਹਾਰੂ ਸਟੇਟ ਵਿੱਚ ਪ੍ਰਜਾਪ ਮੰਡਲ ਦੇ ਸਕੱਤਰ ਰਹੇ। ਆਜ਼ਾਦੀ ਤੋਂ ਬਾਅਦ ਬੰਸੀ ਲਾਲ ਰਾਜਨੀਤੀ ਵਿੱਚ ਆ ਗਏ ਅਤੇ ਤਿੰਨ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣਾਏ ਗਏ। ਉਹਨਾਂ ਨੂੰ ਆਧੁਨਿਕ ਹਰਿਆਣਾ ਦਾ ਸ਼ਿਲਪਕਾਰ ਮੰਨਿਆ ਜਾਂਦਾ ਹੈ। ਉਹ ਤਾਊ ਦੇਵੀ ਲਾਲ ਤੇ ਭਜਨ ਲਾਲ ਦੇ ਨਾਲ ਹਰਿਆਣਾ ਦੇ ਪ੍ਰਸਿੱਧ ਲਾਲ ਟਿਕੜੀ ਵਿੱਚ ਸ਼ਾਮਲ ਹੋਏ। ਇਸ ਮਹਾਨ ਸ਼ਖਸੀਅਤ ਨੂੰ ਸਾਡਾ ਨਮਨ ਪੰਜਾਬ ਦੇ ਸਾਰੇ ਪਿੰਡਾਂ ਵਿੱਚ 26 ਜੂਨ ਨੂੰ ਗ੍ਰਾਮ ਸਭਾ ਦੇ اجلاس ਕਰਵਾਏ ਜਾਣਗੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਉਨ੍ਹਾਂ ਅਧਿਕਾਰੀਆਂ ਨੂੰ ਇਸ اجلاس ਲਈ ਸਾਰੇ ਪ੍ਰਬੰਧ ਪੂਕਤਾ ਕਰਨ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਗ੍ਰਾਮ ਸਭਾ ਪਿੰਡੂ ਵਿਕਾਸ ਦਾ ਸਭ ਤੋਂ ਮਜ਼ਬੂਤ ਥਾਵੇਂ ਜਿਸ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ಗ್ರಾಮ ਸਭਾ ਦੇ اجلاس ਵਿੱਚ ਲੋਕਾਂ ਦੀ ਬਾਤੋ ਵਾਸ਼ਯਾ ਮੂਲਯਤ ਨੂੰ ਯਕੀਨੀ ਬਣਾਉਣ ਲਈ ਉਹਨਾਂ ਪਿੰਡਾਂ ਵਿੱਚ ਵਕ ਵਕ ਪ੍ਰਚਾਰ ਮਾਧਿਮਾ ਰਾਹੀਂ ಗ್ರಾಮ ਸਭਾਵਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਸਲਾਹ ਵੀ ਦਿੱਤੀ। ਆਜ਼ਾਦੀ ਕਾਮ੍ਰਿਤ ਮਹੋਸਤ ਤਹਿਤ ਫੌਜ ਦੀ ਵਜਰਾ ਕੋਰ ਵੱਲੋਂ ਅੰਮ੍ਰਿਤਸਰ ਵਿੱਚ ਆਯੋਜਿਤ ਦੋ ਦਿਨਾਂ ਪ੍ਰਦਰਸ਼ਨੀ ਅੱਜ ਖਤਮ ਹੋਈ। ਇਸ ਪ੍ਰਦਰਸ਼ਨੀ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੇਖਿਆ। ਇਸ ਦੌਰਾਨ ਬੈਂਡ ਡਿਸਪਲੇ ਅਤੇ ਦੇਸ਼ ਭਗਤੀ ਦੇ ਕੀਤਾ ਦੇ ਸ਼ਾਨਦਾਰ ਪੇਸ਼ਕਾਰੀ ਨੇ ਲੋਕਾਂ ਦਾ ਮਨ ਮੋਲ ਲਿਆ ਇਹ ਆਯੋਜਨ ਸੇਵਾ ਰਤ ਫੌਜੀਆ ਨੂੰ ਸਨਮਾਨ ਦੇਣ ਅਤੇ ਦੇਸ਼ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਨ ਲਈ ਆਯੋਜਿਤ ਕੀਤਾ ਗਿਆ ਇਸ ਆਯੋਜਨ ਦੇ ਪਹਿਲੇ ਦਿਨ ਵਜਰਾਕੋਰ ਦੇ ਚੀਫ ਆਫ ਸਟਾਫ ਮੇਜਰ ਜਨਰਲ ਸੰਜੇ ਮੈਣੀ ਨੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਿੱਚ ਬਿਹਤ ਅਹਿਮ ਨੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਪਦਮਸ਼੍ਰੀ ਨਾਨਾ ਪਟੇਕਰ ਅਤੇ ਵਧੀਕ ਡਾਇਰੈਕਟਰ ਜਨਰਲ ਪੀ ਵੀ ਰਾਮਾ ਸ਼ਾਸਤਰੀ ਨਾਲ ਅੰਮ੍ਰਿਤਸਰ ਸੈਕਟਰ ਦੀ ਪੁੱਲ ਮੋਰਾ ਬੀਓਪੀ ਦਾ ਦੌਰਾ ਕੀਤਾ ਅਤੇ ਆਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ ਪੀਐਸਐਫ ਦੀ 22ਵੀਂ ਬਟਾਲੀਅਨ ਦੇ ਕਮਾਂਡੈਂਟ ਨੇ ਉਹਨਾਂ ਨੂੰ ਸਰਹੱਦ ਤੇ ਕੀਤੇ ਪ੍ਰਬੰਧਾਂ ਦੀ ਤਿਆਰੀ ਸੰਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਪੰਕਜ ਕੁਮਾਰ ਸਿੰਘ ਅਤੇ ਹੋਰਨਾਂ ਨੇ ਬੀਐਸਐਫ ਦੀ ਟੀਮ ਅਤੇ ਬੀਡੀਐਸ ਸਪੋਰਟਸ ਕਲੱਬ ਅੰਮ੍ਰਿਤਸਰ ਦੀ ਟੀਮ ਵਿਚਾਲੇ ਹੋਏ ਕਬੱਡੀ ਮੈਚ ਨੂੰ ਵੀ ਵੇਖਿਆ ਉਹਨਾਂ ਦੋਹਾਂ ਟੀਮਾਂ ਵੱਲੋਂ ਵਿਖਾਏ ਖੇਡ ਦੀ ਸ਼ਲਾਘਾ ਕੀਤੀ ਅਤੇ 25-25 ਹਜ਼ਾਰ ਰੁਪਏ ਦਾ ਪੁਰਸਕਾਰ ਦਿੱਤਾ ਪਦਮਸ਼੍ਰੀ ਨਾਨਾ ਪਾਟੇਕਰ ਨੇ ਸਰਹੱਦੀ ਇਲਾਕਿਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਸ਼ਹੀਦ ਆਜ਼ਮ ਭਗਤ ਸਿੰਘ ਤੇ ਵਿਸ਼ਵ ਰੰਗਮંચ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਰਾਜਪਦਰੀ ਨਾਟ ਉਤਸਵ ਬੀਤੀ ਸ਼ਾਮ ਪਠਿੰਡਾ ਵਿਖੇ ਸਮਾਪਤ ਹੋਇਆ ਇਸ ਨਾਟ ਉਤਸਵ ਵਿੱਚ ਆਮ ਲੋਕਾਂ ਦੇ ਜੀਵਨ ਨੂੰ ਨਾਟਕਾਂ ਜ਼ਰੀਏ ਦਰਸਾਉਂਦਿਆਂ ਕਲਾਕਾਰਾਂ ਨੇ ਮਾਨਸਿਕ ਤੇ ਸਰੀਰਕ ਸੋਸ਼ਣ ਦੀ ਤਸਵੀਰ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਆਖਰੀ ਦਿਨ ਪਾਲੀ ਭੁਪਿੰਦਰ ਵੱਲੋਂ ਲਿਖਿਆ ਨਾਟਕ ਮੈਂ ਭਗਤ ਸਿੰਘ ਖੇਡਿਆ ਗਿਆ ਇਸ ਰਾਹੀਂ ਸਮਾਜ ਦੀ ਤਸਵੀਰ ਪੇਸ਼ ਕੀਤੀ ਗਈ ਪਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਇਸ ਨਾਟਕ ਨੂੰ ਵੇਖਣ ਲਈ ਚੇਤੇ ਤੌਰ ਤੇ ਪਹੁੰਚੇ। ਉਹਨਾਂ ਕਿਹਾ ਕਿ ਨਾਟਕ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਨੇ। ਮਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਦਿਨ ਦਿਨਾ ਮਲੇਰਕੋਟਲਾ ਸੱਭਿਆਚਾਰਕ ਮੇਲਾ ਕੱਲ੍ਹ ਸ਼ਾਮ ਖਤਮ ਹੋਇਆ। ਇਸ ਮੌਕੇ ਸਥਾਨਕ ਕਲਾਕਾਰਾਂ ਨੇ ਆਪਣੇ ਹੁਨਰ ਦੇ ਰੰਗਾਂ ਨਾਲ ਮੇਲੇ ਨੂੰ ਯਾਦਗਾਰ ਬਣਾਇਆ। ਉੱਗੇ ਪੰਡਾ ਨੇ ਆਪਣੀ ਅਦਾਕਾਰੀ ਦੇ ਨਾਲ ਸੱਭਿਆਚਾਰਕ ਤੇ ਸੂਫੀ ਗੀਤ ਤੇ ਚਿੱਤਰਹਾਰ ਪੇਸ਼ ਕੀਤੇ ਇਸ ਤੋਂ ਇਲਾਵਾ ਮਲਬਈ ਗਿੱਦਾ ਸਮਮੀ ਜਿੰਦੂਆ ਲੁੱਡੀ ਅਤੇ ਪੰਗੜੇ ਦੀ ਪੇਸ਼ਕਾਰੀ ਨੇ ਖੂਬ ਰੰਗ ਬਣਿਆ ਅਤੇ ਦਰਸ਼ਕਾਂ ਨੂੰ ਚੁੰਮਣ ਤੇ ਮਜਬੂਰ ਕੀਤਾ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਦੀ ਪਹਿਲ ਤੇ ਆਯੋਜਿਤ ਇਸ ਮੇਲੇ ਦੇ ਤਿੰਨੋ ਦਿਨ ਵੱਡੀ ਗਿਣਤੀ ਵਿੱਚ ਲੋਕ ਪਹੁੰਚਾ ਤੇ ਵੱਖ-ਵੱਖ ਪ੍ਰੋਗਰਾਮਾਂ ਦਾ ਆਨੰਦ ਮਾਣਿਆ ਮਾਧਵੀ ਕਟਾਰੀਆਂ ਨੇ ਕਿਹਾ ਕਿ ਅਜਿਹੇ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਸਮਾਜ ਦੇ ਵਾਤਾਵਰਣ ਦੀ ਆਮ ਊਰਜਾ ਤੇ ਮਾਹੌਲ ਨੂੰ ਹੋਰ ਸੁਖਾਵਾਂ ਬਣਾਉਣ ਵਿੱਚ ਮਦਦ ਕਰਦੇ ਨੇ ਉਹਨਾਂ ਨੇ ਕਿਹਾ ਕਿ ਛੇਤੀ ਹੀ ਲੋਕਾਂ ਦੀ ਚੰਗੀ ਸਿਹਤ ਲਈ ਇੱਕ ਨਿਊਟ੍ਰੀਸ਼ਨ ਮੇਲੇ ਦਾ ਆਯੋਜਨ ਵੀ ਕੀਤਾ ਜਾਵੇਗਾ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ આર ਐਨ ਯੂ ਡੀਡੀ ਦੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਤੇ ਹੁਣ ਮੈਂ 마ਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ ਤੁਸੀਂ ਵੀ ਕਰੋ ਬਾਹਰ ਨਿਕਲਣ ਲੱਗਿਆ ਮਾਸਕ ਜ਼ਰੂਰ ਪਹਿਨੋ ਤੇ ਹੁਣ ਮੈਨੂੰ ਦਿਓ ਇਜਾਜ਼ਤ ਨਮਸਕਾਰ